ਗੁਰਬਾਣੀ ਫਰਮਾਨ ਹੈ ਬਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾ ਰੀਆਂ ਸਮੂਹ ਸੰਗਤਾਂ ਨੂੰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਮੈਂ ਗੁਰਦੇਵ ਸਿੰਘ ਸਰਕਾਰੀ ਕਾਲਜ ਟਾਂਡਾ ਵਿਖੇ ਬਤੌਰ ਅਸਿਸਟੈਂਟ ਪ੍ਰੋਫੈਸਰ ਸੇਵਾ ਨਿਭਾ ਰਿਹਾ ਹਾਂ ਅੱਜ ਆਪ ਸਭ ਦੇ ਸੰਮੁਖ ਮੇਰੇ ਬੋਲਣ ਦਾ ਵਿਸ਼ਾ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਦਾ ਮਹੱਤਵ ਮੌਜੂਦਾ ਸਮੇਂ ਦੇ ਸੰਦਰਭ ਵਿੱਚ ਜਦੋਂ ਅਸੀਂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 54 ਸਾਲਾਂ ਦੇ ਜੀਵਨ ਕਾਲ ਅਤੇ ਉਹਨਾਂ ਦੀ ਬਾਣੀ ਵੀ ਵਿਚਾਰ ਕਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਗੁਰੂ ਸਾਹਿਬ ਨੇ ਆਪਣੀ ਬਾਣੀ ਦੇ ਵਿੱਚ ਐਸੀਆਂ ਜੀਵਨ ਯੁਗਤਾ ਮਨੁੱਖਤਾ ਨੂੰ ਦਿੱਤੀਆਂ ਹਨ ਜਿਨ੍ਹਾਂ ਨੂੰ ਅਪਣਾ ਕੇ ਮਨੁੱਖ ਆਪਣਾ ਜਨਮ ਮਰਨ ਸੰਭਾਰ ਸਕਦਾ ਹੈ ਮੌਜੂਦਾ ਸਮੇਂ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਇੱਕ ਦੇਸ਼ ਦੂਜੇ ਦੇਸ਼ ਨੂੰ ਡਰਾ ਧਮਕਾ ਕੇ ਆਪਣੀ ਹਉਮੈ ਨੂੰ ਪ੍ਰਗਟ ਕਰ ਰਿਹਾ ਹੈ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰ ਰਿਹਾ ਹੈ ਰਾਸ਼ਟਰੀ ਪੱਧਰ ਤੇ ਆਪਣੀ ਆਲੀ ਦਿਵਾਲੀ ਵੀ ਜਦੋਂ ਅਸੀਂ ਨਿਗਾਹ ਮਾਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਮਨੁੱਖ ਦੇ ਵਿੱਚ ਇਹ ਪ੍ਰਵਿਰਤੀ ਕਿੰਨੀ ਵੱਧ ਚੁੱਕੀ ਹੈ ਕਿ ਹਰ ਮਨੁੱਖ ਦੂਜੇ ਨੂੰ ਡਰਾ ਕੇ ਆਨੰਦ ਮਹਿਸੂਸ ਕਰਨਾ ਚਾਹੁੰਦਾ ਹੈ ਖੁਸ਼ੀ ਲੱਭਦਾ ਹੈ ਜਦ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੀ ਬਾਣੀ ਦੇ ਵਿੱਚ ਫਰਮਾਉਂਦੇ ਹਨ ਭੈ ਕਾਹੂ ਕਉ ਦੇਤ ਨਹਿ ਪੈਮਾਨਤ ਆਨ ਕਹੋ ਨਾਨਕ ਸੁਣ ਰੇ ਮਨ ਗਿਆਨੀ ਤਾਹੇ ਬਖਾਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਨੁੱਖਤਾ ਨੂੰ ਇਹ ਸਪਸ਼ਟ ਕਰਦੇ ਹਨ ਕਿ ਐ ਮਨੁੱਖ ਜੇ ਤੂੰ ਆਨੰਦਦਾਇਕ ਜ਼ਿੰਦਗੀ ਜਿਉਣੀ ਚਾਹੁੰਦਾ ਹੈ ਜੇ ਤੂੰ ਸ਼ਾਂਤੀ ਨਾਲ ਜ਼ਿੰਦਗੀ ਜਿਉਣੀ ਚਾਹੁੰਦਾ ਹੈ ਆਤਮਿਕ ਸ਼ਾਂਤੀ ਦੀ ਪ੍ਰਾਪਤੀ ਕਰਨੀ ਚਾਹੁੰਦਾ ਹੈ ਤਾਂ ਫਿਰ ਤੈਨੂੰ ਆਪਣੀ ਜੀਵਨ ਜਾਂਚ ਇਸ ਤਰ੍ਹਾਂ ਦੀ ਬਣਾਉਣੀ ਪਵੇਗੀ ਕਿ ਨਾ ਤਾਂ ਕਿਸੇ ਨੂੰ ਡਰ ਦੇ ਅਤੇ ਨਾ ਹੀ ਕਿਸੇ ਦਾ ਡਰ ਰੱਖ ਕਿਉਂਕਿ ਮੌਜੂਦਾ ਸਮੇਂ ਵਿੱਚ ਕੋਈ ਵੀ ਮਨੁੱਖ ਕਿਸੇ ਤੋਂ ਡਰ ਕੇ ਨਹੀਂ ਜੂਣਾ ਚਾਹੁੰਦਾ ਜੇ ਤੂੰ ਆਪਣਾ ਡਰ ਦੂਜੇ ਨੂੰ ਦੇਵੇਂਗਾ ਦਾ ਦੂਜਾ ਮਨੁੱਖ ਤੇਰੇ ਬਾਰੇ ਜ਼ਰੂਰ ਬੁਰਾ ਭਲਾ ਸੋਚੇਗਾ ਇਸ ਕਰਕੇ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਨਾ ਤਾਂ ਕਿਸੇ ਨੂੰ ਡਰ ਦੇ ਅਤੇ ਨਾ ਹੀ ਕਿਸੇ ਦਾ ਡਰ ਰੱਖ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਆਪਣੀ ਕੁਰਬਾਨੀ ਦੇ ਕੇ ਸ਼ਹਾਦਤ ਦੇ ਕੇ ਮਨੁੱਖਤਾ ਨੂੰ ਇਹ ਸੰਦੇਸ਼ ਦਿੱਤਾ ਕਿ ਦੂਜੇ ਦੇ ਧਰਮ ਨੂੰ ਦਬਾ ਕੇ ਆਪਣੇ ਧਰਮ ਨੂੰ ਦੁਨੀਆ ਉੱਤੇ ਫਲਾਉਣ ਵਾਲਾ ਧਰਮ ਅਸਲ ਵਿੱਚ ਧਰਮ ਨਹੀਂ ਹੁੰਦਾ ਧਰਮ ਤਾਂ ਉਹ ਹੁੰਦਾ ਹੈ ਜਿਹੜਾ ਧਰਮ ਦੂਜੇ ਦੇ ਧਰਮ ਨੂੰ ਬਚਾਉਂਦਾ ਹੈ ਸੋ ਗੁਰੂ ਤੇਗ ਬਹਾਦਰ ਜੀ ਨੇ ਇਹ ਧਾਰਮਿਕ ਆਜ਼ਾਦੀ ਦਾ ਵਿਲੱਖਣ ਜਿਹੜਾ ਸੰਦੇਸ਼ ਪੂਰੇ ਵਿਸ਼ਵ ਨੂੰ ਦਿੱਤਾ ਔਰ ਇੱਕੋ ਇੱਕ ਮਿਸਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਦੀ ਸਾਨੂੰ ਪੂਰੇ ਵਿਸ਼ਵ ਦੇ ਇਤਿਹਾਸ ਵਿੱਚ ਮਿਲਦੀ ਹੈ ਜਦੋਂ ਕਿਸੇ ਮਹਾਨ ਸ਼ਖਸੀਅਤ ਨੇ ਧਾਰਮਿਕ ਰਹਿਬਰ ਨੇ ਕਿਸੇ ਦੂਜੇ ਦੇ ਧਰਮ ਨੂੰ ਬਚਾਉਣ ਲਈ ਖੁਦ ਕਤਲਗਾਹ ਦੇ ਵਿੱਚ ਜਾ ਕੇ ਆਪਣੀ ਸ਼ਹਾਦਤ ਦਿੱਤੀ ਹੋਵੇ ਤੇ ਇਸ ਦੇ ਨਾਲ ਹੀ ਗੁਰੂ ਸਾਹਿਬ ਨੇ ਇੱਕ ਨਵੀਂ ਸਿੱਖਿਆ ਇੱਕ ਨਵਾਂ ਮਾਰਗ ਦੱਸਿਆ ਲੋਕਾਈ ਨੂੰ ਕਿ ਵਿਰੋਧਤਾ ਜਿਹੜੀ ਆ ਉਹ ਸ਼ਾਂਤੀਪੂਰਵਕ ਵੀ ਹੋ ਸਕਦੀ ਹੈ ਤੇ ਅੱਜ ਉਸੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਹਜ਼ਾਰਾਂ ਨਹੀਂ ਲੱਖਾਂ ਲੋਕ ਆਪਣਾ ਸ਼ਾਂਤੀਪੂਰਵਕ ਵਿਰੋਧ ਦਰਜ ਕਰਵਾ ਰਹੇ ਹਨ ਤੇ ਇਸ ਦੇ ਨਾਲ ਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਮੇਂ ਦੇ ਸ਼ਾਸਕਾਂ ਦੇ ਲਈ ਦੁਨੀਆ ਦੀ ਨਾਸ਼ਵਾਨਤਾ ਨੂੰ ਪ੍ਰਗਟ ਕਰਦੇ ਹੋਏ ਇਹ ਸਪਸ਼ਟ ਕਰ ਦਿੱਤਾ ਕਿ ਇਹ ਮਨੁੱਖ ਤੂੰ ਆਪਣੀ ਸੱਤਾ ਦੀ ਸੱਤਾ ਦੀ ਤਾਕਤ ਦੇ ਨਸ਼ੇ ਵਿੱਚ ਦੂਜੇ ਮਨੁੱਖਾਂ ਦੇ ਉੱਤੇ ਆਪਣੀ ਪਰਜਾ ਦੇ ਉੱਤੇ ਜ਼ੁਲਮ ਨਾ ਕਰ ਕਿਉਂਕਿ ਇਹ ਤਾਕਤ ਜਿਹੜੀ ਆ ਉਹ ਹਮੇਸ਼ਾ ਤੇਰੇ ਕੋਲ ਰਹਿਣ ਵਾਲੀ ਨਹੀਂ ਗੁਰੂ ਤੇਗ ਬਹਾਦਰ ਜੀ ਨੇ ਸਪਸ਼ਟ ਕਰ ਦਿੱਤਾ ਕਿ ਰਾਮ ਗਯੋ ਰਾਵਣ ਗਯੋ ਜਾਂ ਕੋ ਬਹੁਤ ਪਰਵਾਰ ਤੇ ਪਰਵਾਰ ਕਿੰਨਾ ਸੀਗਾ 1 ਲੱਖ ਪੁੱਤ ਸਵਾ ਲੱਖ ਨਾਤੀ ਇਹੋ ਜੈ ਸ਼ਾਸਕ ਇਹੋ ਜੈ ਵੱਡੇ ਵੱਡੇ ਰਾਜੇ ਵੀ ਇਸ ਦੁਨੀਆ ਦੇ ਉੱਤੇ ਨਹੀਂ ਰਹੇ ਤੇ ਗੁਰੂ ਸਾਹਿਬ ਕਹਿੰਦੇ ਕਿ ਰਹਿਣਾ ਕਿੰਨੇ ਆ ਕਹਿੰਦੇ ਨਾਮ ਰਹਿਓ ਸਾਧੂ ਰਹੋ ਰਹੋ ਗੁਰਗੋਬਿੰਦ ਸੋ ਇਸ ਪ੍ਰਕਾਰ ਗੁਰੂ ਸਾਹਿਬ ਸਿੱਖਿਆ ਦਿੰਦੇ ਹਨ ਕਿ ਕਦੇ ਵੀ ਸਾਨੂੰ ਆਪਣੀ ਸੱਤਾ ਦੀ ਤਾਕਤ ਦਾ ਜਿਹੜਾ ਹੈ ਉਹ ਹੰਕਾਰ ਨਹੀਂ ਕਰਨਾ ਚਾਹੀਦਾ ਮਾਣ ਨਹੀਂ ਕਰਨਾ ਚਾਹੀਦਾ ਸੋ ਸਾਰੀ ਦੁਨੀਆ ਜਿਹੜੀ ਉਹ ਨਾਸਵਨ ਹੈ ਖਤਮ ਹੋ ਜਾਣ ਵਾਲੀ ਹੈ ਜਦੋਂ ਅਸੀਂ ਗੁਰੂ ਸਾਹਿਬ ਦੇ ਜੀਵਨ ਕਾਲ ਨੂੰ ਦੇਖਦੇ ਹਾਂ ਤਾਂ ਉਹਨਾਂ ਦੇ ਜੀਵਨ ਦੇ ਵਿੱਚੋਂ ਇਹ ਸਿੱਖਿਆ ਮਿਲਦੀ ਹੈ ਕਿ ਹਾਲਾਤ ਚਾਹੇ ਵੱਧ ਤੋਂ ਵੱਧਤਰ ਕਿਉਂ ਨਾ ਹੋ ਜਾਣ ਮਨੁੱਖ ਨੂੰ ਅਡੋਲ ਰਹਿਣਾ ਚਾਹੀਦਾ ਹੈ ਡੋਲਣਾ ਨਹੀਂ ਚਾਹੀਦਾ ਦੁੱਖ ਸੁੱਖ ਦੀਆਂ ਪਰਸਥਿਤੀਆਂ ਜਿਹੜੀਆਂ ਮਨੁੱਖ ਦੇ ਉੱਤੇ ਆਉਂਦੀਆਂ ਹੀ ਹਨ ਸੋ ਇਹਨਾਂ ਨੂੰ ਜਰਨਾ ਚਾਹੀਦਾ ਹੈ ਹੌਸਲੇ ਦੇ ਨਾਲ ਜਦੋਂ ਅਸੀਂ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਦੇਖਦੇ ਹਾਂ ਤੇ ਰਾਮ ਰਾਏ ਨੇ ਉਹਨਾਂ ਦਾ ਵਿਰੋਧ ਕੀਤਾ ਧੀਰ ਮੱਲੀਆਂ ਨੇ ਵਿਰੋਧ ਕੀਤਾ ਲੇਕਿਨ ਉਹ ਅਡੋਲ ਰਹੇ ਕਹਿੰਦੇ ਜੋ ਨਾਰ ਦੁੱਖ ਮੈਂ ਦੁੱਖ ਨਹੀਂ ਮੰਨੇ ਸੁਖ ਸਨੇਹ ਔਰ ਪੈ ਨਹੀਂ ਤਾਂ ਕਹਿ ਜਾਂ ਕੈਂਚਨ ਮਾਟੀ ਮੰਨੇ ਨਹਿ ਨਿੰਦਿਆ ਨੈ ਉਸ ਤਤ ਜਾਂ ਕਹਿ ਲੋਭ ਮੋਹ ਅਭਿਮਾਨਾ ਹਰਖ ਸੋਗ ਤੇ ਰਹੇ ਨਿਆਰੋ ਤਹਿਜਗ ਤਤ ਪਛਾਨਾ ਸੋ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦੇ ਉੱਤੇ ਚੱਲ ਕੇ ਅਸੀਂ ਆਪਣੇ ਜੀਵਨ ਨੂੰ ਸਫਲ ਕਰ ਸਕਦੇ ਹਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ